the way I move it out. How when you move it, everybody go and crazy now. Move it out. You know me like the way I move it out. How when you move it, everybody go and crazy now. Move it out. You know me like the way I move it out. How when you move it, everybody go and crazy now. Move it out. You know me like the way I move it out. When it's a little bit lost, boom, let's missing. When Ramsey. अल्लाह माफ करे मैं शुकर कोई नहीं मैं दवाई लई है मैनू डॉक्टर आख्या गजरेला खादा कर ते तां करके बनांदी पईयां खासा ते तू सड़ी कोल वेख वेख तकावी बिल्ली तरह तैनू मैं खावां देसा दा सड़सा ना ਇਹ ਰੱਖਦੇ ਪਰਾਂ ਬਿਮਾਰ ਹੋ ਜਾਸੀ ਪਿੱਛੇ ਪੈਸੇ ਮੈਨੂੰ ਲਾਉਣੇ ਪਊਸੇ ਮੈਂ ਤਾਂ ਹੱਡੂ ਨਹੀਂ ਰੱਖਣੀ ਆ ਇਹਨੂੰ ਮੜਾ ਹਿੱਸਾ ਤੇ ਖਾਸ ਸਾਰਾ ਤੇ ਉਠੀ ਉਠੀ ਕੇ ਖਾਸ ਚਲ ਠੀਕ ਹੈ ਖਾ ਤੇ ਮਾਰ ਦਵਾਈ ਦਾ ਮੈਨੂੰ ਨਾ ਆਖੀ ਮੈਂ ਤਾਂ ਦਵਾਈ ਦਾ ਨਹੀਂ ਆਂਦੀ ਚੁੱਪ ਕਰਕੇ ਬਾਹ ਅੱਪਾ ਤੈਨੂੰ ਕੀ ਦੱਸਾਂ ਮੈਂ ਮੈਨੂੰ ਮੋੜ ਮੇਰੀ ਮਾਂ ਹੈ ਲੋਕ ਲੁਕਾਵਣੀ ਪੰਦੀ ਪਰ ਅੱਜ ਮੈਂ ਲੋਕ ਕੋਈ ਨਹੀਂ ਲੁਕਾਵਣੀ ਅੱਧਾ ਕਿਲੋ ਪਤੀਸਾ ਮੇਰੀ ਮਾਂ ਹੁਣੇ ਲੈ ਕੇ ਖਾਦਾ ਹੀ ਉੱਥੇ ਜਿਹੜਾ ਲੋਹਾ ਪਿਆ ਸਾਰਾ ਕਬਾੜ ਦੇ ਕੇ ਤੇ ਪਤੀਸਾ ਲੈ ਲਿਆ ਹੈਂ ਅੱਗੇ ਪਤੀਸਾ ਖਾਦਾ ਹੀ ਹੁਣ ਗਜਰੇਲਾ ਖਾ ਕੇ ਚੰਗਾ ਇਲਾਜ ਕਰੂੰਗਾ ਆਪਦਾ ਲੱਖ ਲਾਨਾ ਤੇ ਕਾਲੇ ਮੂੰਹ ਮਾਲਿਆ ਕਦਮ ਮੈਂ ਪਤੀਸਾ ਖਾਦਾ ਕੂੜ ਮਾਰੀ ਜਾਣਾ ਤੂੰ ਵੀ ਦੱਸ ਖਾਂ ਕਹਤਾ ਸੁਕੇ ਨਹੀਂ ਖਾਦਾ ਇਸ ਤੋਂ ਹਾਂ ਨਹੀਂ ਮਾਈ ਕੂੜ ਅਸੀਂ ਨਹੀਂ ਮਾਰੀ ਜਾਣੇ ਕੂੜ ਤਾਂ ਤੂੰ ਮਾਰੀ ਜਾਣੀ ਜਦੋਂ ਨਲਕੇ ਵਾਲੀ ਨਾਲ ਵੇਚ ਕੇ ਪਤੀਸਾ ਖਾਦੇ ਤੇ ਮੈਂ ਤੈਨੂੰ ਆਖਿਆ ਥੋੜਾ ਜਿਹਾ ਮੈਂ ਸਾਬਰਾ ਮਹਿੰਦੇ ਤੇ ਮੇਰਾ ਵੀ ਦਿਲ ਕਰਦਾ ਪਿਆ ਤੇ ਤੂੰ ਆਖਿਆ ਮੇਰੇ ਕੋਲ ਕੋਈ ਨਹੀਂ ਹੈਗਾ ਅੱਗੇ ਥੋੜਾ ਹੈਗਾ ਤੇ ਮੈਂ ਤਾਂ ਉਹਦੇ ਕੋਲ ਉਧਾਰੀ ਜਿਹੜੀ ਨਾ ਨਿਮਕੋ ਲਈ ਹੈਗੀ ਤੇ ਉਹਨਾਂ ਨਾਲ ਗੁਜ਼ਾਰਾ ਕੀਤਾ ਫਿਰ ਤੇ ਲਾਨਤ ਤੁਹਾਡੇ ਦੋਵਾਂ ਦੇ ਮੂੰਹ ਉੱਤੇ ਅਸੀਂ ਤਾਂ ਗੁਜ਼ਾਰੇ ਕਰਦੇ ਬਣੇ ਆ ਬਸ ਗੁਜ਼ਾਰੇ ਕਰਦੇ ਬਣੇ ਚਾਚਾ ਤੇਰੀ ਸਵਾਣੀ ਪੈਸੇ ਜਾਣ ਕੇ ਲਵਾਂਦੀ ਹੈਗੀ ਆ ਠੀਕ ਠਾਕ ਹੈਗੀ ਉਹ ਪਤੀਸੇ ਖਾਂਦੀ ਉਹ ਤੂੰ ਗਜਰੇਲਾ ਖਾਂਦੀ ਖੀਰਾ ਖਾਂਦੀ ਹੈਗੀ ਤੇ ਫਿਰ ਆਦੀ ਹੈ ਹਾਲ ਓਏ ਲੋਕਾਂ ਮੈਂ ਮਰਦੀ ਪਈਆਂ ਪਲਕੂ ਮੈਨੂੰ ਦਵਾਈ ਨਹੀਂ ਲਿਆ ਦਿੰਦਾ ਤੈਨੂੰ ਤਾਂ ਪੀੜ ਪਈ ਖਲੋਤੀ ਹੈ ਗਜਰੇਲੇ ਦੀ ਵੀ ਸਬਰਾ ਕਰੇ ਜੀ ਗਜਰੇਲਾ ਖਾਸੀ ਤਾਂ ਮੈਂ ਬਿੱਲੀਆਂ ਨੂੰ ਜੱਗ ਸਾਂ ਉਹ ਜਦੋਂ ਅੰਮਾ ਮਿੱਠਾ ਖਾਦੀ ਰੱਖਣੇ ਤਾਂ ਮੋਰ ਇਲਾਜ ਕਰਾਉਣ ਦਾ ਫਾਇਦਾ ਹੀ ਕੋਈ ਤੁਸੀਂ ਬਕਵਾਸ ਆਦੀ ਬੰਦ ਕਰੋ ਸਾਬਰਾ ਹਯਾਨ ਵਾਲਾ ਗਾਜਰੇ ਰੱਖ ਚਾ ਉਹਨੋਂ ਮੈਂ ਲਿੱਤਰ ਚਾਵਾਂ ਤੇਰੇ ਸਿਰੇ ਚ ਮਾਰਾਂ ਜਦ ਤੂੰ ਮੈਨੂੰ ਖਾਵਾਂ ਪੀਵਾਂ ਤੇ ਲਿੱਤਰ ਮਰੇ ਨਾ ਸਿਰੇ ਚ ਆਈ ਲੈ ਮੈਂ ਤਾਂ ਰਹਿੰਦੀ ਵੀ ਨਹੀਂ ਹਾਂ ਉਹ ਡੈਣਾ ਐ ਤੂੰ ਬਾਹਰ ਨਾ ਨਿਕਲੀ ਮੈਂ ਤੈਨੂੰ ਆਂਦਾ ਪਿਆ ਮੈਂ ਜਾਂਦੀ ਪਈ ਹਾਂ ਤੁਮੇ ਰੋਕ ਕੇ ਵਿਖਾ ਤੂੰ ਬਾਹਰ ਨਹੀਂ ਨਿਕਲਣਾ ਮੈਂ ਤੈਨੂੰ ਹੁਣ ਮਾਰਨਾ ਹੀ ਤੂੰ ਮੈਂ ਐਵੇਂ ਮਾਰਨਾ ਤੇ ਮੈਨੂੰ ਹੱਥ ਤੇ ਲਾ ਕੇ ਵੇਖ ਬਲਾ ਚੰਗਾ ਰੱਖ ਮੈਂ ਮਾਰਨਾ ਹੀ ਐ ਲੈ ਮੈਂ ਜਾਂਦੀ ਪਈ ਹਾਂ ਅਜੇ ਆ ਜਾ ਮੈਂ ਤੈਨੂੰ ਆਂਦਾ ਡੰਡ ਬਾਪ ਤੇ ਵੇਖ ਅਜੇ ਆ ਜਾ ਮੈਂ ਤੈਨੂੰ ਆਖਦਾ ਪਿਆ ਗਰੇ ਵਾਕ ਚੱਲ ਖਬਰਦਾਰ ਮੈਂ ਨਾ ਲਾਵਾਂਗਾ ਮੈਂ ਇਸ ਘਰ ਚ ਕੋਈ ਨਹੀਂ ਵੜਨਾ ਜਿਹੜੀ ਸ਼ਾਮ ਮੈਂ ਖਾ ਲਵਾਂ ਤੇਰੇ ਉੱਤੇ ਨਹੀਂ ਕਿ ਆਉਂਦੀ ਹੁੰਦੀ ਹੈ ਮੇਰੀ ਨਿਗਾਹ ਜਿੱਤੇ ਨਹੀਂ ਆਉਂਦੀ ਤੂੰ ਗਰੇ ਚੱਲ ਹਾਂ ਜੇ ਮੈਂ ਰੋਟੀ ਗੋਲ ਬਣਾ ਲਾਂ ਤਾਂ ਵੀ ਗੋਲ ਫੁਲਕੇ ਪਕਾਈਂਦੀ ਪਾਈ ਜੇ ਮੈਂ ਗਰੇਲਾ ਪਕਾਈਂਦੀ ਪਈ ਤੂੰ ਮੈਨੂੰ ਉਹ ਦੇ ਖਾਣ ਪਿਆ ਦੇਣਾ ਕਿ ਮੈਂ ਤਾਂ ਬੈਠ ਕੇ ਆ ਗਿਆ ਖੜ ਜਾ ਤੂੰ ਮੈਨੂੰ ਹੱਥ ਨਾ ਲਾ ਬਾਬਰਾ ਆ ਗਿਆ ਮੈਂ ਤੈਨੂੰ ਆਖਦਾ ਪਿਆ ਗਾਜਰਾ ਨਾ ਤੋਂ ਨੇ ਅੰਦਰੋਂ ਜਾ ਕੇ ਪੈਸੇ 4 ਮਿੰਟ ਮਾਰ ਕੇ ਪੈਸੇ ਕਿੱਥੇ ਰੱਖੇ ਹੋਏ ਇਹਨੇ ਉਹ ਜੰਗ ਦੇ ਵਿੱਚ ਤੇਰੀ ਮਾਂ ਰੱਖੇ ਆਣ ਅੱਛਾ ਤੂੰ ਇੱਥੇ ਧਿਆਨ ਰੱਖ ਮੈਂ ਪੈਸੇ 4 ਲਾਵਾਂ ਜਲਦੀ ਸਾਬਰਾ ਮੈਂ ਤੈਨੂੰ ਆਖਦਾ ਪਿਆ ਪਿਛੇ ਹਟਿਆ ਫਲਕ ਸ਼ੇਰਾ ਮੈਂ ਪਿਛੇ ਕੋਈ ਨਹੀਂ ਹਟਣਾ ਯਾਦ ਹੈ ਘਰ ਦਾ ਜਾ ਕੇ ਸਮਾਲਾ ਕਰ ਲੈ ਪਿਛੇ ਚੋਰ ਨੂੰ ਛੱਡੀ ਬਣਾ ਹੈ ਆ ਜਲਦੀ ਬਾਹਰ ਨਿਕਲ ਕਿ ਸੱਸੀ ਘਰ ਦਾ ਪੋਤਰਾ ਆ ਕੇ ਕੋ 2000 ਰੁਪਇਆ ਵਿੱਚੋਂ ਮੈਨੂੰ ਦੇ ਚਾ ਮੈਂ ਗੜੀ ਲੈਣੀ ਹੈ ਤੂੰ ਜਾ ਕੇ ਉੱਥੇ ਪਾਣੀ ਬੰਨਣਾ ਹੈਗਾ ਟਾਂ ਵੇਖ ਨਹੀਂ ਰਮਜ਼ੀ ਘਰ ਦੇ ਸਾਰੇ ਭਾਂਡੇ ਮੈਂ ਗਿਣੇ ਹੋਏ ਨੇ ਇੱਕ ਤੀਲਾ ਵੀ ਅਗਾ ਪਿਛਾ ਹੋ ਗਿਆ ਨਾ ਮੈਂ ਤੇਰੀ ਚਮੜੀ ਲਾ ਲੈਸਾ ਇੱਕ ਵਾਰ ਮੈਂ ਤੇਰੀ ਮਾਂ ਨੂੰ ਲਿਆਵਾਂ ਤੇ ਆ ਪੈਸੇ ਦੀ ਜਿਹੜੀ ਚੋਰੀ ਕੀਤੀ ਇਹ ਹਿਸਾਬ ਤਾਂ ਬਾਅਦ ਵਿੱਚ ਲਵਾਂਗਾ ਟਾਈਮ ਨਾਲ ਜਾ ਕੇ ਨਹੀਂ ਆਗਾ ਨਿਕਲਦੇ ਜੇ ਕਿਸੇ ਨਾਲ ਰਮਜ਼ੀ ਤੇਰਾ ਪਿਓ ਤੇ ਪੈਸੇ ਲੈ ਗਿਆ ਹੁਣ ਮੈਂ ਇਹਦੀ ਸੇਲੀ ਦੀ ਸ਼ਾਦੀ ਤੇ ਕਿਵੇਂ ਜਾ ਸਾਮਾ ਸੇ ਵਿਚਾਰੇ ਦੀ ਚੌਥੀ ਸ਼ਾਦੀ ਹੁੰਦੀ ਪਈ ਹੈ ਇੱਕ ਤਾਂ ਜਿਹੜੀ ਜਹਾਨ ਦੀ ਤਲਾਕ ਕੀ ਹੁੰਦੀ ਨਾ ਉਹ ਤੇਰੀ ਸੇਲੀ ਹੋ ਤੇ ਨਸੀਬਾਂ ਦੀ ਗੱਲ ਹੈ ਕਿ ਤੂੰ ਬਕਵਾਸ ਕਿਉਂ ਕੀਤੀ ਜਾਣਾ ਹੁਣ ਮੈਂ ਇਹਦੀ ਸੇਲੀ ਦੀ ਸ਼ਾਦੀ ਤੇ ਨਾ ਜਾਵਾਂ ਮੇਰੇ ਪਰੋਂ ਕਿਸੇ ਹੋਰ ਦੀ ਡਾਕਾ ਮਾਰ ਭਾਵੇਂ ਚੋਰੀ ਕਰ ਮੈਨੂੰ ਪੈਸੇ ਲਿਆ ਕੇ ਤੇ ਮੈਂ ਸ਼ਾਦੀ ਤੇ ਜ਼ਰੂਰ ਜਾਣਾ ਹੈ ਤੂੰ ਉਹਦੀ ਪਹਿਲੀ ਸ਼ਾਦੀ ਤੇ ਗਈ ਹੈ ਹਾਂ ਦੂਸਰੀ ਤੇ ਗਈ ਹੈ ਹਾਂ ਤੀਸਰੀ ਤੇ ਗਈ ਹੈ ਨਹੀਂ ਉਦੋਂ ਪੈਸੇ ਕੋਨੀਆਂ ਨੂੰ ਕੋਨੀ ਗਈ ਹੈ ਤੇ ਹੁਣ ਇਵੇਂ ਸਮਝ ਲੈ ਵੀ ਚੌਥੀ ਹੁੰਦੀ ਹੁੰਦੀ ਕੋਈ ਨਹੀਂ ਨਹੀਂ ਹੁੰਦੀ ਹੁੰਦੀ ਭਈ ਮੈਂ ਜਾਣਾ ਹੀ ਜਾਣਾ ਹੈ ਗਰਮਜੀ ਨਹੀਂ ਤਾਂ ਮੈਂ ਹੀ ਥਰੋਸ ਕੇ ਵਾਗ ਜਾਣੀਆਂ ਦੇ ਕਰੇ ਕੋਈ ਰੁੱਸੀ ਨਾ ਤੇਰੇ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੂੰ ਇੱਥੇ ਘਰੇ ਬਹੁ ਮੈਂ ਕੋਈ ਜੁਗਾੜ ਲਾ ਲੈਣਾ ਹਾਂ ਚੱਲ ਜਲਦੀ ਜੁਗਾੜ ਲਾ ਕੇ ਆ ਸ਼ਾਮੀ ਮੈਂ ਜਾਣਾ ਹੈ ਜਨਾਬ ਚੀਮਾ ਸਾਹਿਬ ਕੀ ਹਾਲ ਹੈ ਠੀਕ ਠਾਕ ਬਿਲਕੁਲ ਠੀਕ ਹੈ ਹੋਰ ਮੇਰੇ ਚ ਨਕਸ਼ਾ ਵੱਜਾ ਮੈਂ ਠੀਕ ਠਾਕ ਹੀ ਤਾਂ ਖੜਾ
चीमिया एक निका जहा काम है तेरे नाल, जे अगर तू कर देवे तो बड़ी गल है यार, तेरा एहसान होसी मेरे ते। पैसिया की गल ना करी, और जेड़ा भी तू काम आखे ना तेरा समझ हो गया। यार मैनू कोई 5-7 हज़ार रुपये की लोड़ बनी खड़ोती है अचानक, तो तेरी बड़ी मेहरबानी, तेरे को हैन तो मैनू दे दे, तो मैं तेनू 7-8 छड़ के दा दे देंगा। पैसे मैं तेनू कोई नहीं देने, ओदी भी मैनू एक मसला बन गया, मेरी भैन दे घर होया ऑपरेशन नाल बच्चा, तो सारे पैसे मैं उधर ला के लगा। चलो ठीक है, अल्लाह का हुक्म मोड़। अल्लाह का हुक्म मने, तेरे बहन दे बच्चे दा बड़ा दुख होया भाई। चंड मार नहीं मैं तेरे मुंह दे उत्ते, ओ असी खुशियां मना दे पया, तेनू दुख के दा होया आ जेड़े तुहाडे पैसे लग गए उहनां दा। चल दफा पर परा दफा। शकल तेनी भावे बैड़ी जी, आईडिया चंगा देख गई है। ਸਾਰੀਆਂ ਗਾਜਰਾਂ ਖਾ ਗਈਆਂ। ਅੱਛਾ ਪੈਸੇ ਕਿਤੇ ਨਹੀਂ? ਉਹ ਪੈਸੇ ਤੈਨੂੰ ਲੱਭ ਜਾਸਣ, ਮੈਂ ਆਈਡੀਆ ਹੈ ਲੈ ਕੇ ਆਇਆ। ਕੀ ਆਈਡੀਆ? ਹਾਂ ਠੀਕ ਹੈ, ਮਿੰਟ ਬਾਹਰ ਆਈਡੀਆ ਚੰਗਾ। ਜੱਗਾ ਸਾਹਿਬ ਚੰਗਾ ਭਲਾ ਤੂੰ ਜੱਟ ਬੰਦਾ, ਉਹ ਤੈਨੂੰ ਇਹ ਸੋਚਣਾ ਚਾਹੀਦਾ ਹੈ, ਤੂੰ ਆਪਦਾ ਬੰਦੋਬਸਤ ਰੱਖਿਆ ਕਰ, ਵੀ ਕਿਸ ਟਾਈਮ ਵੀ ਬਿੱਲ ਆਵੇ ਤਾਂ ਮੈਂ ਭਰਨਾ। ਯਾਰ ਬੰਦੋਬਸਤ ਮੈਂ ਰੱਖਿਆ ਹੁੰਦਾ, ਤੈਨੂੰ ਪਤਾ ਇਸ ਦਫ਼ਾ ਮੈਂ 20 ਕਿੱਲੇ ਕਣਕ ਗੱਡ ਬੈਠਾ, ਤੇ ਮੈਂ ਖਾਦ ਵਗੈਰਾ ਲੈ ਕੇ ਆਇਆ, ਤੇ ਪੈਸਾ ਮੇਰੇ ਕੋਲ ਗੈਰ ਮੁੱਕ, ਤੇ ਜਦੋਂ ਮੈਂ ਥੁੜਿਆ ਮੈਂ ਤੇਰੇ ਬੂਹੇ ਤੇ ਚੱਲ ਕੇ ਆ ਗਿਆ, ਮੈਨੂੰ ਦੇ ਮੀਆਂ ਕੋਈ 25,000 ਰੁਪਇਆ। ਜੱਗਾ ਵੀਰਾ ਅਹਿਲਾ ਪੈਸੇ ਹੈ ਨਹੀਂ, ਤੇ ਜਿਵੇਂ ਮੇਰੇ ਕੋਲ ਲਈ ਜਾਣਾ ਨਾ ਉਵੇਂ ਮੈਨੂੰ ਹਟਾ ਕੇ ਦੇਵੀਂ ਚ ਮੰਗਣੇ ਨਾ ਕਰ। ਮੈਂ ਤੇ ਇਸ ਗੱਲ ਦੀ ਟੈਨਸ਼ਨ ਨਾ ਲੈ, ਜਿਵੇਂ ਮੈਂ ਲਈ ਜਾਣਾ ਨਾ ਤੇ ਇਹ ਮੈਂ ਲਿਆ ਕੇ ਹੱਥ ਬੰਨ ਕੇ ਆਦੀ ਮੈਂ ਬੈਂਡ ਪੈਸੇ ਵਾਪਸ ਦੇਸਾਂ। ਤੈਨੂੰ ਪਤਾ ਨਾ ਜਿਵੇਂ ਦੇ ਅੱਜ ਕੱਲ ਹਾਲਾਤ ਹੈ ਨਾ, ਜਿੰਦੇ ਤੇ ਨੇਕੀ ਕਰੋ ਨਾ ਉਹ ਪੁੱਠੀ ਪੈ ਜਾਂਦੀ ਹੈ। ਨਹੀਂ ਤੈਨੂੰ ਪਤਾ ਆਪਾਂ ਕਿਸੇ ਨਾਲ ਇਸ ਤਰ੍ਹਾਂ ਕੀਤਾ ਨਹੀਂ, ਪਿੰਡ ਪੂਰੇ ਚ ਕਦੇ ਪੈਸੇ ਮੰਗੇ ਹੀ ਨਹੀਂ, ਜੇ ਜ਼ਰੂਰਤ ਪੈ ਗਈ ਤੇਰੇ ਬੂਹੇ ਤੇ ਆਇਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਉੱਠ ਕੇ ਖੜਾ ਹੋ ਜਾ। ਕੀ ਹੋਇਆ? ਖੁਸ਼ ਖਬਰੀਆਂ, ਖੁਸ਼ ਖਬਰੀਆਂ। ਉਹ ਪਹਿਲੋ ਦੱਸ ਤਾਂ ਸਹੀ ਕੀ ਸ਼ਦੀ ਖੁਸ਼ ਖਬਰੀ ਮੋੜ ਮਨ ਚਾ। ਉਹ ਤੂੰ ਮਾਮਾ ਬਣ ਗਿਆ। ਮਾਮਾ ਬਣ ਗਿਆ? ਆ ਪਰਸੋਂ ਤਾਂ ਮੈਂ ਭੈਣ ਨੂੰ ਮਿਲ ਕੇ ਆਇਆ, ਉੱਥੇ ਤਾਂ ਬਾਲ ਦਾ ਨਾਂ ਨਿਸ਼ਾਨ ਹੀ ਕੋਈ ਨਹੀਂ। ਐ ਲਾਕਾ ਫੇਰ ਗਈ ਹੁਣ ਉਜਾੜਾ, ਤੇਰੀ ਭੈਣ ਦੇ ਛਿੱਲੇ ਦੇ ਪੈਸੇ ਲੱਗ ਜਾਸੇ। ਯਾਰ ਸਹੀ ਸਹੀ ਦੱਸ ਕਿਵੇਂ ਆਇਆ? ਓਏ ਤੂੰ ਮੇਰੀ ਸਮਾਣੀ ਨੂੰ ਕੀ ਸਦਨਾ? ਭੈਣ ਤੂੰ ਮੋੜ ਬਾਹਰ ਜਾਈ ਬੈਠੀ, ਤੂੰ ਮਾਮਾ ਬਣ ਗਿਆ, ਮਾਸੀ ਬਣ ਗਈ ਹੈ। ਰਮਜ਼ੀ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ, ਤੇ ਤੂੰ ਕਿਵੇਂ ਖਾਲੀ ਹੱਥ ਆ ਗਿਆ ਮੇਰੇ ਘਰੇ ਮਿਠਾਈ ਤੇ ਲਈ ਆਵੇਂ ਆ। ਮੈਂ ਲੱਗਦਾ ਬਾਲ ਮਾਰ ਗਿਆ ਜਿਹੜਾ ਰੋਂਦਾ ਪਿਆ। ਮੈਂ ਕੀ ਆਈ ਦੱਸ ਤਾਂ ਸਹੀ। ਬਾਲ ਖੈਰੀ ਸਲਾਮਤੀ ਹੈ, ਮਰਿਆ ਕੋਈ ਨਹੀਂ ਹੈ, ਦੁੱਖ ਇਸ ਤੂੰ ਰੋਂਦਾ ਪਿਆ ਕਿ ਵੇਖ ਲਾ, ਜਦੋਂ ਬੰਦੇ ਤੇ ਔਖਾ ਟਾਈਮ ਹੁੰਦਾ ਤੇ ਆਦਾ ਖੂਨ ਵੀ ਸਫੈਦ ਹੋ ਜਾਂਦਾ। ਮੇਰੀ ਮਾਂ ਨੂੰ ਪਤਾ ਲੱਗਾ ਮੇਰੇ ਘਰ ਬਾਲ ਹੋਇਆ, ਉਹ ਕਾਰਨ ਰੋਸ ਕੇ ਕਿਸੇ ਪਾਸੇ ਮੂੰਹ ਕਰ ਗਈ, ਤੇ ਮੇਰੇ ਪਿਓ ਨੇ ਮੇਰੇ ਹੱਥੋਂ ਪੈਸੇ ਖੋ ਲੈਣ, ਤੇ ਖੋ ਕੇ ਮੇਰੀ ਮਾਂ ਦੇ ਮਗਰੇ ਵਗ ਗਿਆ। ਤੂੰ ਰੋ ਨਾ ਤੇ ਨਾ ਪਰੇਸ਼ਾਨੀ ਕਰ, ਜੇ ਤੇਰਾ ਮਾਂ ਪਿਓ ਛੱਡ ਗਿਆ ਤੇ ਅਸੀਂ ਨਹੀਂ ਬੈਠੇ ਆ, ਤੂੰ ਮੈਨੂੰ ਦੱਸ ਤੈਨੂੰ ਕਿਤਨਿਆਂ ਦੀ ਲੋੜ ਹੈ? ਕਮ ਅਜ਼ ਕਮ 60-70 ਹਜ਼ਾਰ ਰੁਪਇਆ ਲੱਗ ਜਾਣਾ। ਮੈਨੂੰ ਡਾਕਟਰ ਆਖਿਆ ਤੇਰੀ ਸਵਾਣੀ ਬੜੀ ਕਮਜ਼ੋਰ ਹੈ, ਉਹ ਛੇਤੀ ਮਰ ਜਾਸੀ ਜੇ ਅਗਰ ਉਹਨੂੰ ਦਵਾਈ ਨਾ ਦਿੱਤੀ ਗਈ ਤਾਂ, ਸੋਨੇ ਦਾ ਕੁਸ਼ਤੇ ਦਾ ਭਾਂਡਾ ਬਣਾ ਕੇ ਉਹਨੂੰ ਖਵਾਵਣਾ। ਤੂੰ ਕਿਆ ਰੋਣਾ, ਤੇਰੀ ਭੈਣ ਹਾਲੇ ਜਿੰਦੀ ਬੈਠੀ ਹੈ। ਹਾ ਹਾ ਉਹ ਛਿੱਲੇ ਮੱਥੇ ਵਾਲਿਆ, ਜਿਹੜੇ ਅਸੀਂ ਤੈਨੂੰ ਪੈਸੇ ਦਿੱਤੇ ਨਾ ਉਹ ਵਾਪਸ ਕਰ, ਅਸੀਂ ਇਹਨੂੰ ਦੇਵਾਂ। ਓ ਯਾਰ ਮੇਰੀ ਮਜਬੂਰੀ, ਹੁਣ ਮੈਂ ਲਈ ਖਲੋਤਾ, ਹੁਣ ਵਾਪਸ ਲੈਂਦੇ ਪੈ ਲੈ। ਤੇਰੀ ਮਜਬੂਰੀ ਨੂੰ ਮੈਂ ਅੱਗ ਲਾਉਣੀ, ਮੇਰਾ ਵਿਆਹ ਰੋਂਦਾ ਬੈਠਾ, ਤੁਹਾਡੇ ਲੋਕਾਂ ਦਾ ਤਾਂ ਵਿਆਹ ਹੀ ਬੜਾ ਗੰਦਾ, ਉਹਨਾਂ ਪੈਸੇ ਫਦਾ। 5 ਮਿੰਟ ਪਹਿਲੇ ਪਿਆ ਨਹੀਂ ਜੱਗਿਆ ਤੇਰਾ ਵਿਆਹ, ਸਾਰੇ ਪਿੰਡ 'ਚ ਸਭ ਨਾਲ ਅੱਛਾ ਸੀ, ਹੁਣ ਤੂੰ ਪਿਆ ਨਹੀਂ, ਤੇਰਾ ਗੰਦਾ। ਓਏ ਅਸੀਂ ਜੋ ਆਖਿਆ ਨਾ ਆਖ ਦਿੱਤਾ, ਤੇਰਾ ਮੀਟਰ ਪਟੀਂਦਾ ਤਾਂ ਪਟੀਵੇ ਪਿਆ, ਔਰ ਪੈਸੇ ਵਾਪਸ ਵਾ। ਪਹਿਲਾਂ ਜ਼ਕੂਟੇ ਦੀ ਮੁੱਛਾਂ ਨੇ, ਅੱਜ ਤੋਂ ਬਾਅਦ ਮੈਂ ਇਹਨਾਂ ਬੁਲਾ। ਜਾ ਗੋਲੇ ਜਾ ਆਇਆ ਲਾਉਣਾ, ਤੇਰੇ ਕੋਲ ਮੱਝੀ ਖੋਲਣੀਆਂ, ਉਹ ਤਾਂ ਉੱਠੀ ਮੇਰਾ ਬਿਰਾਦ ਪੈਸੇ ਫੜ। ਉੱਠੀ ਉੱਠੀ ਉਹ ਤੇਰਾ ਤਾਂ ਪੈਸਾ ਇਤਨਾ ਕਿ ਕੁਰਬਾਨ ਕਰ ਦੇਵਾਂ ਜਿਤਨੀ ਤੇਰੀ ਸੋਚ ਕੰਮ ਨਹੀਂ ਕਰਦੇ। ਇਹ ਫੇਲਾ ਲਈ 25,000, ਅੰਦਰ ਜਿਹੜੇ ਬੇਗਮ ਪੈਸੇ ਪੈਣ ਨਾ ਉਹ ਵੀ ਚਾਕ ਦੇ, ਜਿਤਨੇ ਆਉਂਦੇ ਨੂੰ ਦੇ ਛੱਡ। ਜਲਦੀ ਪੈਸੇ ਚਾਕ ਲੈ, ਸੁਨਾਰਾ ਦੁਕਾਨ ਨਾ ਬੰਦ ਕਰ ਜਾਵੇ ਜਿੰਦੇ ਕੋਲ ਸੋਨੇ ਦਾ ਕੁਸ਼ਤਾ ਲੈਣਾ। ਨੀ ਪਰਾਂ ਹਾਲ ਪਾਵੇ ਇੱਥੇ ਖਲੋਤੀ ਰਾਸੇ, ਪੈਸੇ ਚਾਕ ਦੇ, ਇਹਨੂੰ ਇਹ ਸੁਨਾਰੇ ਤੇ ਜਾਵਣਾ। ਪੈਸੇ ਮੇਰੇ ਕੋਲ ਹਨ, ਚੱਲ ਟੁਰ ਚਲੀਏ। ਨਾ ਨਾ ਤੁਸੀਂ ਕਿਤੇ ਜਾਣਾ, ਤੁਸੀਂ ਇੱਥੇ ਹੀ ਰਹੋ, ਐਵੇਂ ਗੱਲ ਤੁਹਾਡੇ ਦੇ ਤਵੀਤ ਹੋਇਆ, ਮੇਰਾ ਬਾਲ ਉੱਥੇ ਫੁੜਕ ਜਾਵੇ ਤਾਂ ਫਾਇਦਾ। ਰਮਜੀ ਤੈਨੂੰ ਖੈਰ ਖੁਦਾ ਦੀ, ਵੇਖ ਲੈ ਮੇਰੇ ਗਲੇ ਦੇ ਵਿੱਚ ਤਵੀਤ ਸ਼ਵੀਤ ਕੋਈ ਨਹੀਂ, ਮੈਂ ਕਦੀ ਕਦੀ ਗੱਤੇ ਨੇ। ਤੁਸੀਂ ਪੈਸੇ ਮੈਨੂੰ ਦੇ ਛੱਡੋ, ਤੁਸੀਂ ਇੱਥੇ ਹੀ ਰਹੋ। ਲੈ ਪੈਸੇ ਐਵੇਂ ਤੈਨੂੰ ਦੇ ਛੱਡਾ, ਮੈਂ ਜਾ ਸੁਗਰੀ ਤੇ ਮੱਥੇ ਲੱਗਣਾ, ਉਹਨੂੰ ਮੁਬਾਰਕ ਦੇਵਣੀ ਹੈ। ਨਾਲੇ ਮੈਂ ਜਾ ਕੇ ਬਤਰੀਏ ਦਾ ਮੂੰਹ ਵੇਖਣਾ ਹੈ, ਉਹ ਕਹਿੰਦੇ ਤੇ ਗਿਆ ਤੇਰੇ ਤੇ ਗਿਆ ਕਿ ਦਾਦੇ ਤੇ ਕਿ ਨਾਨੇ ਤੇ। ਆ ਜਾ ਚੱਲ, ਮੇਰਾ ਪੋਤਰਾ ਤੇ ਮੇਰੇ ਤੇ ਹੀ ਜਾਣਾ। ਹਾਂ ਘੋੜਾ ਹੀ ਆਉਣਾ।
नी उना कर बच्चा वहा तू केड़ा जुर्म कर देता फाते बिल्ले तेरा तू मेरा मुंह वेखी जानी हां पुत्र मैं वेखा तो सही किने ते गया हां मामी मेरा पुत्र ना सतमावा आवेगा है ते मिन्ना दाई रोक के गई हैगी उने आख्या किसे नु ना इंदा मुंह नहीं बखाना हैगा नी दाइयां दियां गल्लां ते नहीं जाईदा दाइयां ते एवें चवला मार दियां हैगियां ने नाले ए केड़ी किताब च लिखया है के सतमाया बच्चा नहीं वेखीदा नाले मैं भी ते सतमाया जमा अबे सारी दुनिया वेंदी बनी मैं हटा कट ठीक ठाक हां मामा तेनू नहीं पता हैगा मैनू नानी बिचारी मरण वाली दस आया कि तेरा मामा जदों सतमा है गया ना ते ओनू 8 महीने पूरा रूह दे विच रखया आया ते तां तू वध्या फुलिया ही ओ पुत्र ओ ते निर्मे दा बाहर ही वधा सी तां वास्ते मैं भी उठे प्यारे मैं चलो हुफम दी पईए नी सुखरिया सतवाया तुसी मेरे पेश पाणा सी मामी ये तेरे नसीब च मामा मेरा लिखे हुआ है ते तेरा नसीब दा लिखा किसी और दी झोली च बला पैंदा है गया नाले मेरा मामा हट्टा कट्टा नौजवान है गया काम कार वेख तेनू करके देंदा है गया घर दा भी काम संभालदा है गया सारा ते तू मुंह क्यों वेखना है गया मैं जवान दी पियागी मैं ते पुत्र दा मुंह नहीं विखाना है गया अगे तो 2 साल बाद अल्लाह मेनू औलाद दित्ती हैगी है ते हुण मैं दा मुंह तानू विखा दे ते मेरे पुत्र नू कुछ हो जावे चलो सारीयां गल्लां छड ए दा सुणू कदों विखाणा हां ते नाले ओ किदे ते गया इंदी शक्ल ना मेरा मामे ते गई हैगी ते मैं 6 महीने बाद ना आपे तन्नू मुंह विखा देसा तू गिर के गया जट तू मेनू वेख ले तेरा मुंह वे वे के मैं वैसे ही थक गई होईया मैं ते इस बाल दा ही मुंह वेखना भावे इदी खातिर मेनू 6 महीने इना दे घर सुगरी उना दे बणा पवे मामी ते मामा भी आए खलोते ए ते बड़ी चंगी गल है सुगरा बैण काके मुंह दे नाल मेरी बहन ना ਸੁਦਰਾ ਸਾਨੂੰ ਵੀ ਖਾ ਅਸੀਂ ਕੋ ਗੈਰ ਨਹੀਂ ਸੇ ਕਾਕੇ ਤੇ ਬੁਥਾੜ ਵੀ ਖਾ ਕੇ ਕਿਵੇਂ ਦਾ ਗੈਰ ਵਾਲੀ ਗੱਲ ਨਹੀਂ ਹੈ ਬਾਲ ਨੂੰ ਵਾਹ ਨਹੀਂ ਲਵਾਉਣੀ ਦੁਨੀਆ ਦੀ ਖੋਤੇ ਤਰ੍ਹਾਂ ਮੂੰਹ ਅਗਾ ਕੀਤੀ ਜਾਂਦੀ ਜੇ ਵਾਹ ਨਹੀਂ ਲਵਾਉਣੀ ਤੇ ਮੇਰੇ ਜ਼ਾਹਿਰ ਦੇ ਵਿੱਚ ਮੂੰਹ ਪਾ ਤੇ ਵੇਖ ਲੈਣੀ ਵਿੱਚੋਂ ਹਨੇਰੇ ਦੇ ਤੈਨੂੰ ਕੀ ਦਿਸਣਾ ਆ ਚਮਗਾਦੜਾ ਤੂੰ ਤਾਂ ਸਾਨੂੰ ਦੇਖ ਜਾਣਾ ਹਨੇਰੇ 'ਚ ਸੁਦਰਾ ਕਾਕਾ ਕਿੰਦੇ ਤੇ ਗਿਆ ਹੈ ਕਾਕਾ ਆਦੇ ਮਾਮੇ ਤੇ ਗਿਆ ਹੈਗਾ ਮੇਰਾ ਭਰਾ ਭੂਤਰੇ ਦੀ ਦੀ ਸ਼ਕਲ ਗਈ ਹੈਗੀ ਹੈ ਹਾਂ ਮੇਰਾ ਸਾਈਂ ਤੇ ਮੁੰਡ ਸੋਹਣਾ ਤੇ ਕਾਕਾ ਵੀ ਸੋਹਣਾ ਉਸੇ ਹਾਂ ਤੇ ਕਾਕਾ ਸੋਹਣਾ ਹੈਗਾ ਤੂੰ ਭਰਾ ਹੋ ਕੇ ਬੈ ਥੋੜਾ ਜਿਹਾ ਹਾਂ ਨਹੀਂ ਮੈਂ ਕੋਈ ਚੁੜੇਲ ਆ ਤੇਰੇ ਪੁੱਤ ਨੂੰ ਚੇਂਦੀ ਪਈ ਆ ਮਿੰਟ ਬਾਦਾਂ ਦੀ ਭਰਾ ਹੋ ਕੇ ਬੈ ਭਰਾ ਹੋ ਕੇ ਬੈ ਨਹੀਂ ਮੇਰੀ ਭੈਣ ਹੈ ਮੈਂ ਤੈਨੂੰ ਚੁੜੇਲ ਨਹੀਂ ਸੱਦੀ ਪਿਆ ਕਿ ਮੈਨੂੰ ਦਾਈ ਰੋਕ ਕੇ ਗਈ ਉਹਨੇ ਆਖਿਆ ਕਿ ਸਾਨੂੰ ਨਾ ਇਹਦਾ ਮੂੰਹ ਨਹੀਂ ਵਿਖਾਣਾ ਲੈ ਦਾਈਆਂ ਚਪੜਾ ਮਰੈਂਦੀਆਂ ਤੇਰਾ ਵਿਖਾ ਨਹੀਂ ਮੈਂ ਖਾਂਦੀ ਲੈ ਸੁਣ ਲੈ ਥੋੜੀ ਦੇਰ ਪਹਿਲੇ ਤੇਰੇ ਤੇ ਸੀ ਹੁਣ ਉਹਦੇ ਤੇ ਚਲਾ ਗਏ ਇਹ ਤਾਂ ਸੋਹਣਾ ਸੀ ਚੀਲੇ ਦੇ ਵਿੱਚ ਬੱਚਾ ਰੰਗ ਬਦਲਦਾ ਹੈ ਸ਼ਕਲਾਂ ਨਹੀਂ ਬਦਲਣ ਲੱਗ ਪਿਆ ਇਹ ਕਿਸ ਤਰ੍ਹਾਂ ਦਾ ਬੱਚਾ ਹੈ ਮਾਮਾ ਇਹ ਬੱਚਾ ਨਾ ਮਦਾਰੀ ਕਿਸਮ ਦਾ ਹੈਗਾ ਇਹ ਨਾ ਆਦੇ ਪਿਓ ਤੇ ਵਾਗੇ ਜਿਵੇਂ ਤੁਹਾਡਾ ਪਿਓ ਹੋਏ ਮੋੜ ਤਾਂ ਪਿਓ ਤੇਰਾ ਲਾਂਟੀ ਕਿਸਮ ਦਾ ਹੀ ਉਸੀ ਓਏ ਮਾਮਾ ਇਹੋ ਜੀਆਂ ਗੱਲਾਂ ਨਾ ਕੀਤੀਆਂ ਕਰਦੇ ਲੈ ਸਾਰਿਆਂ ਵਾਲੀਆਂ ਚਲੋ ਹੁਣ ਦਿਲ ਬਾਰਾਂ ਵਾਲੀ ਗੱਲ ਸੁਣ ਲੈ ਦੇਖ ਪਕਾ ਦਰਦੇ ਦੀ ਤਵੰਡ ਠੀਕ ਹੈ ਉਹ ਕੱਲੀ ਜ਼ਰਦੇ ਦੀ ਨਾ ਪਕਵਾਵੇ ਇੱਕ ਨਾ ਲੂਣੀ ਲਾ ਲੋ ਤੇ ਅੱਜ ਸਮਾਨੀ ਨੂੰ ਆਖ ਬੋ ਜੋ ਪੈਸੇ ਕੱਢ ਦੇਵੇ ਜਿਹੜੇ ਮੈਂ ਤੈਨੂੰ ਅਗਲੇ ਦਿੱਤੀ ਖੋਤੀਆਂ ਉਹ ਤਾਂ ਤੁਹਾਲੇ ਤੱਕ ਸੁਗਰਨ ਦੱਸਿਆ ਨਹੀਂ ਹੈ ਉਹ ਤਾਂ ਥੋੜੇ ਨਾ ਤੇ 5000 ਥੋੜਾ ਅੱਛਾ ਚਲੋ ਠੀਕ ਹੈ ਚਲੋ ਗੁਜ਼ਾਰਾ ਹੋ ਜਾਸੀ ਜਲਦੀ ਕਰ ਇੱਕ ਵਾਰੀ ਇਲਾਜ ਥੋੜ ਗਏ ਤੇ ਮੈਂ ਬੈਠੀ ਆ ਹੋਰ ਲੈ ਲਵੇਂ ਠੀਕ ਹੈ ਹੋਰ ਦਰਦਾਂ ਤੇ ਬੁਲਾ ਖਸਾਂ ਮੂੰਹ ਮਿੱਠਾ ਸੀ ਹਾਂ ਹੁਣ ਤੂੰ ਖਾ ਜਾ ਸੁਗਰੀ ਹੁਣ ਤੇ ਵਹਾ ਦੇ ਮਾਮੀ ਤੁਸੀਂ ਮੈਨੂੰ ਜ਼ਲੀਲ ਕਿਉਂ ਕੀਤੀ ਖਲੋਤੇ ਨੇ ਮੇਰੇ ਬਾਲ ਦੀ ਜਾਨ ਲਓ ਨੇ ਪੈਰ ਹੀ ਵਖਾ ਦੇ ਮੈਨੂੰ ਨਾ 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 ਉਹਨੇ ਤਾਂ ਆਖਿਆ ਕਿਸੇ ਨੂੰ ਨਾ ਇਹਦਾ ਮਾਸ ਹੀ ਨਹੀਂ ਵਖਾਣਾ ਹੈਗਾ ਇਹਦਾ ਨੂੰ ਵੀ ਨਹੀਂ ਵਖਾਣਾ ਪਾਜ ਪਾਜ ਕੇ ਸਾਹ ਚੜ ਗਿਆ ਸਾਬਰਾਂ ਖੁਦਾ ਦਾ ਨਾ ਹੀ ਮੈਂ ਗਿਆ ਪਿਛਾ ਘਰੇ ਤੇ ਰਮਜ਼ੀ ਨੇ ਪੈਸੇ ਚਾਈ ਖਲਾ ਤੇ ਉਹ ਵਾਕਿਆ ਚੋਰ ਹੈਗਾ ਈ ਤੇ ਖੁਦਾ ਦਾ ਨਾ ਹੀ ਪਿਛਾ ਹਟ ਚਲੀ ਮੁੜ ਮੈਂ ਕੀ ਕਰਾਂ ਚੋਰ ਆਇਆ ਤਾਂ ਮੈਂ ਤਾਂ ਹੱਡੂ ਨੇ ਪਿਛਾ ਜਾਂਦੀ ਉਹ ਸਾਰੇ ਬਾਂਡੇ ਵੇਚ ਲੈਣੇ ਨੇ ਬਾਂਡੇ ਵੇਚ ਛੱਡੇ ਜੁਲੀਆਂ ਵੇਚ ਛੱਡੇ ਬਾਵੇਂ ਮੇਰੇ ਪੈਰੋਂ ਮੈਂ ਮੰਜੀਆਂ ਵੇਚ ਜਾਵੇ ਆ ਵੇਖ ਲੈ ਰਹਿ ਤੇ ਪੋਤਰਾ ਕੇ ਮੇਰੇ ਮਗਰੂ ਲਾ ਜਾ ਮੈਂ ਘਰੇ ਕੋਈ ਨਹੀਂ ਜਾਣਾ ਮੈਂ ਜਾਂ ਸਿੱਧੀਆਂ ਦੇ ਵਿਰਾਹ ਦੇ ਘਰ ਉਹ ਬਾਗੜ ਬਿੱਲੇ ਆ ਮੇਰਾ ਕੋਈ ਅਹਿਸਾਸ ਕਰਦੇ ਮੈਂ ਰੁਪਈਆ ਰੁਪਈਆ ਜੋੜ ਕੇ ਬਾਂਡੇ ਜੋੜੇ ਨੇ ਬਾਂਡੇ ਜੋੜੇ ਤੇ ਮੈਂ ਤੈਨੂੰ ਆਖਿਆ ਮੇਰੇ ਮਗੇਰਾ ਮੈਂ ਜੋ ਲੜ ਕੇ ਘਰੋਂ ਨਿਕਲੇ ਜਾਣੀ ਹੈ ਤੇ ਮੇਰੇ ਤੇਰਾ ਕੀ ਕੰਮ ਹੈ ਮੇਰੇ ਮਗੇਰ ਆਖੀ ਤਾਂ ਮੈਂ ਤੇਰੇ ਪੈਰਾਂ ਨੂੰ ਹੱਥ ਲਾ ਲੈਣਾ ਘਰੇ ਵਾਗ ਚਲੋ ਘਰ ਦਾ ਸਫਾਇਆ ਕਰ ਲਈ ਸੀ ਮੇਰੇ ਪੈਰਾਂ ਨੂੰ ਹੱਥ ਨਾ ਲਾਵੀਂ ਮੇਰੀ ਬਾਰੂ ਘਰ ਦਾ ਸਫਾਇਆ ਕਰੇ ਤੇ ਬਾਵੇਂ ਅੱਗ ਲਾਵੇ ਮੈਂ ਤੇ ਜਾ ਸਾਦੇ ਵਿਰਾਹ ਕੋਲ ਉੱਥੇ ਗਜਰੇਲੇ ਵੀ ਬਣਾ ਬਣਾ ਕੇ ਖਸਤ ਪੰਜੀਰੀਆਂ ਵੀ ਬਣਾ ਬਣਾ ਕੇ ਖਸ ਸਾਬਰਾ ਮੇਰੀ ਗੱਲ ਸੁਣ ਤੈਨੂੰ 2 ਕਿਲੋ ਨਾ ਗਜਰੇਲਾ ਬਣਾ ਦੇਸਾਂ ਉੱਤੇ 2 ਕਿਲੋ ਖੋਇਆ ਪਾ ਕੇ ਤੇ ਆਪ ਚਮਚੇ ਨਾਲ ਤੇਰੇ ਮੂੰਹ 'ਚ ਪਾ ਸਮੋ ਠੀਕ ਹੈ ਕੀ ਹੋ ਗਈ ਮਿੱਟੀਆਂ ਮੈਨੂੰ ਨਾ ਲਾ ਇਹ ਆਪ ਗਜਰੇਲੇ ਬਣਾ ਬਣਾ ਤੇ ਚਮਚਿਆਂ ਨਾਲ ਖਾ ਮੈਂ ਤਾਂ ਕੋਈ ਨਹੀਂ ਜਾਂਦੀ ਤੇਰੇ ਘਰ ਤੇ ਮੇਰੇ ਮਗਰ ਨਾ ਆਵੀਂ ਮੈਂ ਜਾਂਦੀ ਪਿਆਉਂ ਹਾਏ ਅੱਲਾ ਜ਼ਲੀਲ ਕੀਤੀ ਖਲੇ ਕਿਵੇਂ ਮਨਾ ਕੇ ਲਿਆਵਾਂ ਉਸਤਾਦ ਜੀ ਕੀ ਸੰਦੇ ਲਕਾਦਰ ਕਾਦਰ ਕੇ ਦੇਖੀ ਜਾਂਦੇ ਨੇ ਮੇਰੇ ਤੋਂ ਪਿੱਛੇ ਕਿੰਨੀਆਂ ਦੇਗਾ ਪਕਾਈਆਂ ਉਸਤਾਦ ਜੀ ਜੰਦੇ ਦਾ ਮੈਂ ਪਕਾਈਆਂ ਇਹ ਕੈਸ ਪਕਾਈਏ ਇਹ ਸਾਰੀ ਅੱਗ ਲਾ ਕੇ ਖਰਾਬ ਕਰ ਦੋੜਾਂ ਗਿਆ ਉਹਨਾਂ ਕਰ ਭਈਆ ਨਹੀਂ ਦਿੱਤਾ
पैसे इज्जत ने मैनू दियो ए ना मैं लिथर मार मार के तेन होर निक्या कर दूं कोई बंदा बुंदा आ जावे उंदा इस्तकबाल कीता कर इस्तकबाल करता हुक्म कर लै फर साडे कोल लम्मियां रकमां ते अज एक देख जरदे दी पका दे साडे घरे ठीक है झूठी गवाही दे के ना मैनू फसाया उस केस मेरा 70-80 हजार रुपया लगा ए पैसे हुण आ गए मेरे कोल तू चुप करके तू नीवा नीवा होकर निकल जा नहीं तो इत्थे तैनूं मैं फायर मार देना एवें तू फायर मार देना वड्डा तू फायर मारन वाला वड्डा बदमाश रहो तू उहनां दी मांझ खोली आई मैं गवाही दित्ती आई तू चोर है जे मैं खोली आई ना आ तेरा 70-80 हजार रुपया हुण मेरे हथी आ गया तू अगर तू झूठी गवाही किसे दी ना दे बज के जाओ अंदर कड़छा चा लियाओ तेंदे दो चार सिरे च दियो ते पैसे खो के मैनू दियो मैं नाई हां को बदमाश नहीं आपे निबड़ पटका तो बदमाशा तेरा पाया होया तू एवा देगा तू को साफ करना देगा साफ करना ओए हुण पैसे तेरे को मैं आप लवांगा मैं आप दलेर आदमी हां जे मैं दलेरी कर लवां ता ओ दा है ते लाए मेरे को छड़ मेरा कदम मैं तेरे को पैसे लेसा ओ तू ले बल्कि ओ तू आ दे पले ओ छड़ दे ना होवे ता तू मेनू आ दे पले पैसे दे तू मैं तेरे पैसा खा दूंगा तू हुण याद रखे सारी जिंदगी तू याद रखे सारी जिंदगी दाला पीसे झूठी गवाही दे के मैनू फसाया उत्थे मेरा 70-80 हजार रुपया लगा एवे हनक ओ तू दे के तेनू मैं दे छड़सा वापस पैसे मैं एवे दे देवां पैसे ते मैं चुप करके खलो अशोकी भरा उनका खुशी का टाइम है ते मैं खाच ना कर उनके पैसे उन्हें वापस दे चाहो आदि खुशी पूरी कर ले सी ते उस तो बाद तुसी बैठ के गल मुका लव्या है ए मैं हुन खुशी बर्बादी दे विच बदलांगा मैं इनू मार के आप जेल जावांगा उत्थे चक्कियां पीवांगा तू तो हुन जाके चक्कियां पीवनियां ना ते मैं ए चक्कियां पी के आया खला मेरा जाका खुला होया ते मैं तेनू पियाना बंदा बन जा नहीं तो हुने मैं तेनू मार गटा शौकी यार औखा टाइम मेरे ते औखा टाइम टपा बाद विच मुड़ किसे टाइम पैसे लै लवी मेरे को तेरी मैं मेहनत करदा पिया मैनू पैसे दे चा लख लाना दी हुन मिन्ता ते आ गए अगे तो डराए जाना है ओ किसे सियाणे बंदे आख्या किसे नु डराओ जे अगला ना डरे ते आप डर जाओ शौकी मियां दे चा पैसे उंदे पोत दी खुशी ना खराब कर ओ यार कीती ते इस मेरे नाल चंगी कोई नहीं आई पर तुहाडे मुंह नु मैं इहनू पैसे दे छड़ना मेरे बिरा दी उसने शादी आई जड़ दे इस मैं ना पवाया मेहरबानी मियां तेरी मतलब तेरा किधर तेरा पुत्र मेरे वर्गा तो नहीं है लख लाना तो तेरे रंगीले दी बच्ची आ चीमा साहब आज उथे देग पकानी है गट्टू जेड़े ना इत्थे ही सट्टी जाओ इन्हां नूं नाल नहीं लैके जाना ठीक है तुसी पहुंचो मैं देख लैके आउंदा शाबाश आजो 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 उस्ताद जी असी जे ना नाल गए आ लकड़ी लावा नाल आई चाहे जे मैं सोदन पावा नाल किने जोड़ लई सो हाल मैं किदी होर दे लै जासा ओ रोक के जु गया मैं देख लै कोण जांदा पते थे बवे जे कोई आ जावे ना शादी दा फंक्शन फंक्शन तो मुड़ मैनूं फोन कर लवे ठीक है उस्ताद जी आ वेख ला पूरी 90 बैठकां कड्डियां अगर तू मैं तेनू नहीं रोकदा जो मर्जी खादी रखी मैं हुण जांदी पई हूं तां अगत वास्ते मेरे नाल इहो बदतमीजी ना करी ओसे तो मैनूं आख्या आ मैं लित्तर चाके ते मैं तेरे सिर दे विच मरसा मैनूं लित्तर दसना ई तू लित्तर मेरे सिरे च मारी रखी पर लोक ते मारने नहीं हुण मैं जांदी पई हूं ते अगत वास्ते मैनूं कोई गल कीती आई ना ते मैं हट के मैं आवणा कोई नहीं तेरे घर चल टोर चल टोर इजाजत देने तू इत खूब नचेंगी मेरी गल सुनी ना
ਉਹ ਕਿਸੇ ਖਰਗੋਸ਼ ਦੇ ਬੱਚਿਆ ਮਜਮਾ ਇਕੱਠਾ ਕਰਕੇ ਬਹਿ ਰਿਹਾ, ਇਹਨਾਂ ਨੂੰ ਕਿਸੇ ਬਹਾਨੇ ਉਠਾ ਪਿਆ, ਤੇਰੀ ਮਾਂ ਸੁਲਾ ਕਰਕੇ ਆ ਗਈ ਨਾ ਤਾਂ ਪੁਆੜਾ ਪੁੱਠਾ ਪੈ ਜਾ ਸੀ ਆਪਾਂ ਨੂੰ। ਓਏ ਮੇਰੀ ਮਾਂ ਛੇਤੀ ਸੁਲਾ ਨਹੀਂ ਕਰਦੀ, ਮੈਨੂੰ ਪਤਾ ਹੈ ਲੈਣ ਦੇ ਜਿਸ ਥੱਕ ਜਸਨ ਆਪੇ, ਮੈਂ ਤੂੰ ਬਿਮਾਰ ਹੋ ਜਾਵੀਂ ਤੇ ਮੈਂ ਤੈਨੂੰ ਹਸਪਤਾਲ ਲੈ ਕੇ ਵਗ ਜਾਸਾਂ। ਅੱਛਾ ਚੱਲ ਠੀਕ ਹੈ, ਜਲਦੀ ਨਾ ਚਾਲ ਕੁੱਕੀ ਉਰਾ ਆਈ ਜ਼ਰਾ। ਐਡੀ ਕਿਸੇ ਨਵਾਬ ਦੀ ਬੱਚੀ ਹੈ ਨਾ, ਆਪ ਨਹੀਂ ਆਈ ਤਾਂ ਮੈਨੂੰ ਸੱਦ ਲਿਆ ਰਾਵੀ ਨੂੰ। ਹਾਂ ਕੀ ਗੱਲ? ਮੈਨੂੰ ਤਾਂ ਦਾਲ ਚ ਕੁਛ ਕਾਲਾ ਲੱਗਦਾ ਪਏ ਹੈ। ਆ ਜਿਹੜਾ ਤੇਰਾ ਭਾਂਜਾ ਹੈ ਨਾ, ਪਹਿਲੇ ਵੀ ਫਰਾਡ ਗਿਆ ਸੀ, ਮੈਨੂੰ ਤਾਂ ਲੱਗਦਾ ਹੁਣ ਵੀ ਕੋਈ ਫਰਾਡ ਕਰਦਾ ਪਿਆ ਹੈ। ਤੂੰ ਚੁੱਪ ਰੱਖ, ਫਲਕ ਸ਼ੇਰ ਆਵਣ ਦੀ ਦੇਰ ਹੈ, ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਸੀ। ਓਏ ਮਾਮਾ, ਵੇਲਾਂ ਦਾ ਟਾਈਮ ਹੈ ਤੇ ਤੁਸੀਂ ਇੱਥੇ ਮਸ਼ਵਰੇ ਕਰਦੇ ਖਲੋਤੇ ਨੇ, ਓ ਵੇਲਾਂ ਦੇ ਓ ਮੇਰੇ ਪੁੱਤਰ ਉੱਤੋਂ। ਵੇਲ ਤੇ ਮੈਂ ਸੀ ਦੇਸਾਂ ਸਾਰੀ ਉਮਰ ਯਾਦ ਕਰੇਗਾ। ਕੀ ਮਤਲਬ ਹੈ ਮਾਮਾ? ਓ ਕੋਈ ਮਤਲਬ ਨਹੀਂ, ਤੂੰ ਮੁਸਕਾਨ ਨੂੰ ਨਿਚਾ। ਮੁਸਕਾਨ ਉੱਠੇ ਦੋ ਪੈਰ ਵਿਖਾ ਦੇ ਕਾਲ ਨਾਲ। ਐਵੀ ਤੀਨੀ ਲੋਲਾ ਤੇਰੇ ਪਿੱਛੇ ਪਿੱਛੇ ਆਨੀਆਂ, ਹੋ ਕੇ ਮਜਬੂਰ ਤੇਰੇ ਆ ਕੇ ਮਜਮਾ ਲਾ ਕੇ ਬੈਠੋ ਤੇਰਾ ਪੁੱਤਰ। ਓ ਕੀ ਤਮਾਸ਼ਾ ਬਣਾਈ ਖਲਾ ਤੂੰ? ਆ ਤੇਰੀ ਨੋ ਨੂੰ ਬਾਲ ਡਿੱਜਾ ਤੇ ਮੈਨੂੰ ਯਕੀਨ ਨਹੀਂ ਆਉਂਦਾ ਪਿਆ। ਬਾਜੀ ਸਾਬਰਾ, ਮੈਂ ਬੱਚਾ ਲੱਭਣੇ ਪਈ ਆ ਕਿ ਬੱਚਾ ਕਿੱਧਰ ਚਲਾ ਗਿਆ। ਕਿੱਥੇ ਤੇਰਾ ਬੱਚਾ? ਉਹ ਬਾਲ ਅਗਲੇ ਮੂੰਹ ਵਾਲਾ ਪਤਾ ਨਹੀਂ ਕਿਤੇ ਪਾਸੇ ਨਿਕਲ ਗਿਆ। ਇਸ ਬਗੈਰ ਤੇ ਕੋਲ ਇਹ ਪੁੱਛ ਡਰਾਮਾ ਕਿਸ ਕੋਲ ਕੀਤੀ ਬੈਠਾ ਹੈ? ਦੱਸ ਕਿਹੜੀ ਗੱਲ ਤੋਂ ਡਰਾਮਾ ਕੀਤਾ ਜੀ? ਸੁਖਦੀ ਦੀ ਸਹੇਲੀ ਦੀ ਸ਼ਾਦੀ ਆਈ, ਉਹਦੇ ਤੇ ਜਾਣਾ, ਸਾਨੂੰ ਪੈਸਿਆਂ ਦੀ ਲੋੜ ਆਈ, ਅਸੀਂ ਅਣਜੰਮੇ ਬਾਲ ਦੀ ਖੁਸ਼ੀ ਕਰਕੇ ਤੇ ਉਗਾੜੀ ਕਰਕੇ ਜਾਂਦੇ ਪਏ ਹਾਂ। ਰਮਜੀ ਸਾਹਿਬ ਦੇਖ, ਤੁਹਾਡੀ ਪੱਕ ਗਈ ਹੈ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।